ਜਦੋਂ ਦੀ ਪੰਜਾਬ ਸਰਕਾਰ ਬਣੀ ਆ ਕਾਂਗਰਸ ਦੀ ਇਹਨਾਂ ਹਮੇਸ਼ਾ ਹੀ ਡੈਮੋਕ੍ਰੇਸੀ ਦੀਆਂ ਧੱਜੀਆਂ ਉਡਾਈਆਂ। ਪੰਚਾਇਤਾਂ ਵਾਲੇ ਵੀ ਇਹਨਾਂ ਨੇ ਪੁੱਠੀਆਂ ਸਿੱਧੀਆਂ, ਕੋਈ ਵੋਟ ਕਿਤੇ ਬਣਾਈ ਜਾ ਕੇ, ਕੋਈ ਇਹ ਵਾਰਡ 'ਚ ਲੈ ਕੇ, ਕੋਈ ਕਿਸੇ ਵਾਰਡ 'ਚ ਲੈ ਕੇ ਵੋਟਾਂ ਲੱਭਦਾ ਹੀ ਬੜਾ ਚਿਰ ਲੱਗਦਾ ਸੀ, ਉਹ ਲੱਭਦੀਆਂ ਨਹੀਂ। ਕੋਈ ਇੱਕੇ ਪਰਿਵਾਰ ਦੀਆਂ ਵੋਟਾਂ ਸਾਰੀਆਂ ਵਾਰਡ ਵਾਰਡ ਵੱਖਰੀਆਂ ਵੱਖਰੀਆਂ ਖਿਲਾਰਤੀਆਂ ਕਿ ਉਹ ਦੂਜੇ ਪਾਸੇ, ਕੋਈ ਤੀਜੇ ਪਾਸੇ। ਇਹੋ ਹੀ ਖੇਡ ਉਹ ਹੁਣ ਖੇਡਣੀ ਚਾਹੁੰਦੇ ਨੇ ਕਿ ਇਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਆਸੇ ਪਾਸੇ ਜਿਹੜੀਆਂ ਦੂਜੀਆਂ ਵਾਰਡਾਂ 'ਚ, ਦੂਜੀ ਵਾਰਡ 'ਚ ਲੈ ਜਾਈਏ, ਦੂਜੀ ਜੋ ਦੂਜੀ 'ਚ ਕਰਕੇ, ਅਤੇ ਉਹ ਖੇਡ ਖੇਡਣਾ ਚਾਹੁੰਦੇ ਵੀ ਸੈਂਤ ਐਕਟਾਂ ਜਿੱਦੀਏ। ਪਰ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਰੋਹ ਆ, ਗੁੱਸਾ ਹੈ ਕਿ 4 ਸਾਲ ਲੁੱਟਣ ਤੋਂ ਸਿਵਾਏ ਕੋਈ ਕੰਮ ਕੀਤਾ ਨਹੀਂ। ਕੋਈ ਜਿੰਨੇ ਭਲਾਈ ਦੀਆਂ ਸਕੀਮਾਂ ਸੀ ਗਰੀਬਾਂ ਦੀਆਂ, ਉਹ ਕੱਟੀਆਂ ਦੇ ਗਈਆਂ, ਉਹ ਬੰਦ ਹੋਣ ਵਰਗੀਆਂ ਕਿਨਾਰੇ ਆ। ਹੁਣੇ ਦੱਸ ਕੇ ਗਏ ਨੇ ਜੈਦਾ ਸਾਹਿਬ ਦੇ ਹਲਕੇ 'ਚੋਂ ਜੈਦਾ ਸਾਹਿਬ, ਵੀ ਉਹ ਸਾਰੀਆਂ ਤਕਰੀਬਨ ਤਕਰੀਬਨ ਬੰਦ ਵਰਗੀਆਂ ਹੈਗੀਆਂ। ਮਾੜੀਆਂ ਮੋਟੀਆਂ ਕਦੀ ਮਿਲ ਗਈ, ਕਦੀ ਨਾ ਮਿਲ ਗਈ। ਬਹੁਤ ਵੱਡੇ ਵਾਅਦੇ ਕੀਤੇ ਕਿ ਡਬਲ ਡਬਲ ਕਰਾਂਗੇ, ਸ਼ਗਨ ਸਕੀਮ ਜਿਹੜੀ ਆ ਉਹ 51,000 ਕਰਾਂਗੇ, ਪੈਨਸ਼ਨ ਜਿਹੜੀ ਉਹ 2500 ਕਰਾਂਗੇ, ਹੋਰ ਵੀ ਕਾਫੀ ਵੱਡੇ ਹੀ ਆਟਾ ਦਾਲ ਦੇ ਨਾਲ ਖੰਡ ਘਿਓ ਦੀਆਂ ਗੱਲਾਂ ਸੀ, ਪਰ ਉਹ ਵਿੱਚ ਰਹੀਆਂ। ਇਸ ਕਰਕੇ ਉਹ ਚਾਹੁੰਦੇ ਕਿ ਗੜਬੜ ਕਰਕੇ ਇਹੋ ਜਿਹੀ ਕੋਈ ਪੁੱਠੇ ਛੁੱਟੇ ਕੰਮ ਕਰਕੇ, ਪਰ ਉਹਦੀ ਨਿੰਦਿਆ ਵੀ ਕਰਦੇ ਹਾਂ। ਅਤੇ ਉਹ ਹਾਈਕੋਰਟ ਸਾਹਿਬ ਜਿਸ ਤਰ੍ਹਾਂ ਗਏ ਨੇ ਬਰਾੜ ਸਾਹਿਬ ਨੇ, ਉੱਥੇ ਵੀ ਆ ਵੀ ਉੱਥੇ ਇਨਸਾਫ ਲੈਣਾ, ਪਰ ਇੱਕਦਮ ਜਿੱਤ ਨਹੀਂ ਸਕਣਗੇ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਰੇ ਚਕੰਨੇ ਨੇ, ਪਾਰਟੀ ਸਾਰੀ ਚਕੰਨੀ ਆ, ਉਹ ਸਾਡੇ ਧਿਆਨ ਦੇ ਵਿੱਚ ਗੱਲਾਂ ਨੇ, ਉਹਦੀ ਨਿੰਦਿਆ ਵੀ ਕਰਦੇ ਹਾਂ। ਅਤੇ ਉਹ ਇਹੋ ਜਿਹੀਆਂ ਖੇਡਾਂ ਖੇਡਣੀਆਂ ਨਹੀਂ ਚਾਹੀਦੀਆਂ, ਕਿਉਂਕਿ ਇਹੀ ਹੈ 10 ਸਾਲ ਇਹੋ ਜਿਹੀ ਗੱਲ ਕਦੀ ਵੀ ਨਹੀਂ ਕੀਤੀ ਜਿਹੜਾ ਵੀ ਚੋਣ ਲੜ ਕੇ ਆਵੇ। ਡੈਮੋਕ੍ਰੇਸੀ ਹਰ ਇੱਕ ਦਾ ਹੱਕ ਆ, ਚੋਣ ਲੜਨ ਦਾ, ਜਿੱਤਣ ਦਾ, ਹਾਰੇ ਉਹ ਵੱਖਰੀ ਗੱਲ ਆ, ਉਹ ਜਿਹੜੀ ਉਹਦੀ ਨਿੰਦਿਆ ਹੀ ਕਰਦੇ।